ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਬ੍ਰਿਜ ਮੰਡਲ ਯਾਤਰਾ ਕਾਰਨ ਨੂਚ, ਇੰਟਰਨੈਟ ਬੰਦ, ਪੁਲਿਸ ਤੇ ਨੀਮ ਫੌਜੀ ਬਲ ਤਾਇਨਾਤ। ਪਿਛਲੇ ਸਾਲ ਬ੍ਰਿਜ ਮੰਡਲ ਯਾਤਰਾ ਦੌਰਾਨ ਹੋਈ ਸੀ ਹਿੰਸਾ। ਜੰਮੂ ਚ ਫੌਜ ਦੀ ਚੌਂਕੀ ਤੇ ਸਵੇਰੇ ਸਵੇਰੇ ਹੋਇਆ ਅੱਤਵਾਦੀ ਹਮਲਾ। ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਐਨਕਾਊਂਟਰ ਜਾਰੀ। ਸੁਰੱਖਿਆ ਬਲਾਂ ਨੇ ਘੇਰਾਬੰਦੀ ਦੀ ਤਲਾਸ਼ੀ ਮੁਹਿੰਮ ਕੀਤਾ ਸ਼ੁਰੂ। ਕਾਂਵੜ ਰੈਸਟੋਰੈਂਟ ਵਿਵਾਦ ਪਹੁੰਚਿਆ ਸੁਪਰੀਮ ਕੋਰਟ। ਅੱਜ ਹੋਵੇਗੀ ਮਾਮਲੇ ਦੀ ਸੁਣਵਾਈ। ਕਾਂਵੜ ਯਾਤਰਾ ਰੂਟ ਤੇ ਰੈਸਟੋਰੈਂਟ ਤੇ ਰੇਹੜੀ ਵਾਲਿਆਂ ਨੂੰ ਨਾਂ ਲਿਖਣ ਦਾ ਫਰਮਾਨ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪਿਛਲੇ ਸਾਲ ਬ੍ਰਿਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਨੂੰਹ ਚ 24 ਘੰਟਿਆਂ ਲਈ ਇੰਟਰਨੈਟ ਤੇ ਬਲਕ SMS ਸੇਵਾਵਾਂ ਬੰਦ ਕਰ ਦਿੱਤੀਆਂ ਨੇ। ਇਹ ਬ੍ਰਿਜ ਮੰਡਲ ਸ਼ੋਭਾ ਯਾਤਰਾ ਅੱਜ ਨਿਕਲੇਗੀ। ਪਿਛਲੇ ਸਾਲ ਹੋਈ ਹਿੰਸਾ ਦੀ ਘਟਨਾ ਤੋਂ ਸਬਕ ਲੈਂਦੇ ਹੋਏ ਸੂਬਾ ਸਰਕਾਰ ਇਸ ਵਾਰ ਸਾਵਧਾਨੀ ਵਰਤ ਰਹੀ ਹੈ। ਬ੍ਰਿਜ ਮੰਡਲ ਯਾਤਰਾ ਨੂੰ ਵੇਖਦੇ ਹੋਏ ਪੁਲਿਸ ਤੇ ਨੀਮ ਫੌਜੀ ਬਲਾਂ ਨੇ ਮੋਰਚਾ ਸੰਭਾਲ ਲਿਆ। ਨੂੰਹ ਤੋਂ ਇਲਾਵਾ ਗੁਰੂਗ੍ਰਾਮ, ਫਰੀਦਾਬਾਦ, ਪਲਵਲ ਜ਼ਿਲ੍ਹਿਆਂ ਨੂੰ ਵੀ ਅਲਰਟ ਕੀਤਾ ਗਿਆ। ਉਕਤ ਸਾਰੇ ਜ਼ਿਲ੍ਹਿਆਂ ਦੇ ਐਂਟਰੀ ਗੇਟਾਂ ਤੇ ਪੁਲਿਸ ਨਾਕੇ ਲਾਏ ਗਏ ਨੇ। ਵਾਹਨਾਂ ਚ ਕਿਸੇ ਵੀ ਤਰ੍ਹਾਂ ਦਾ ਕੋਈ ਹਥਿਆਰ ਜਿਵੇਂ ਤਲਵਾਰ, ਬਰਛਾ, ਤ੍ਰਿਸ਼ੂਲ, ਚਾਕੂ, ਪਿਸਤੌਲ, ਹਾਕੀ ਡੰਡਾ ਆਦਿ ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਦੀ ਇੱਕ ਕੰਪਨੀ ਨੂੰ ਸਟੈਂਡ ਬਾਈ ਰੱਖਿਆ ਗਿਆ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਦੱਸਿਆ ਕਿ ਪੁਲਿਸ ਦੇ IT ਸੈੱਲ ਨੂੰ ਹੁਕਮ ਦਿੱਤੇ ਨੇ ਕਿ ਉਹ ਸੋਸ਼ਲ ਮੀਡੀਆ ਤੇ ਭੇਜੇ ਜਾ ਰਹੇ ਮੈਸੇਜ ਤੇ ਪੂਰੀ ਤਰ੍ਹਾਂ ਨਜ਼ਰ ਰੱਖਣ। ਕਿਸੇ ਤਰ੍ਹਾਂ ਦੇ ਭੜਕਾਊ ਮੈਸੇਜ ਭੇਜਣ ਵਾਲਿਆਂ ਦੇ ਖਿਲਾਫ਼ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਏ। ਯਾਤਰਾ ਦੌਰਾਨ ਪੁਲਿਸ ਦੇ ਨੀਮ ਫੌਜੀ ਬਲਾਂ ਨਾਲ ਰਹਿਣਗੇ ਤੇ ਜਿਸ ਨਾਲ ਕਿਸੇ ਵੀ ਅਨਸੁਖਾਵੀ ਘਟਨਾ ਨਾਲ ਤੁਰੰਤ ਨਜਿੱਠਿਆ ਜਾ ਸਕੇ। ਜੰਮੂ ਕਸ਼ਮੀਰ ਚ ਸਵੇਰੇ ਫੌਜ ਦੀ ਚੌਂਕੀ ਤੇ ਅੱਤਵਾਦੀ ਹਮਲਾ ਕੀਤਾ ਗਿਆ। ਇਸ ਹਮਲੇ ਚ ਫੌਜ ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਫੌਜ ਦੇ ਚੁਕੰਨੇ ਜਵਾਨਾਂ ਨੇ ਮੁਸਤੈਦੀ ਦਿਖਾਉਂਦੇ ਇਸ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮਯਾਬ ਕਰ ਦਿੱਤਾ। ਫਿਲਹਾਲ ਫੌਜ ਦੇ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਐਨਕਾਊਂਟਰ ਜਾਰੀ ਹੈ। ਜੰਮੂ ਕਸ਼ਮੀਰ ਲੋਕ ਸੰਪਰਕ ਅਧਿਕਾਰੀ ਦੇ ਹਵਾਲੇ ਤੋਂ ਰਿਪੋਰਟ ਚ ਕਿਹਾ ਗਿਆ ਕਿ ਰਾਜੌਰੀ ਚ ਇੱਕ ਦੂਰ ਦੁਰਾਡੇ ਦੇ ਪਿੰਡ ਚ ਫੌਜ ਦੀ ਚੌਂਕੀ ਤੇ ਅੱਤਵਾਦੀਆਂ ਦੇ ਹਮਲੇ ਨੂੰ ਨਾਕਾਮਯਾਬ ਕਰ ਦਿੱਤਾ ਗਿਆ। ਫਿਲਹਾਲ ਅੱਤਵਾਦੀਆਂ ਦੇ ਨਾਲ ਮੁਕਾਬਲਾ ਜਾਰੀ ਸੀ। ਜਾਣਕਾਰੀ ਮੁਤਾਬਕ ਅੱਜ ਤੜਕ ਸਾਰ ਰਾਜੌਰੀ ਦੇ ਦੂਰ ਦੁਰਾਡੇ ਦੇ ਇਲਾਕੇ ਚ ਇੱਕ ਸੁਰੱਖਿਆ ਚੌਂਕੀ ਤੇ ਸ਼ੱਕੀ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ। ਇਸ ਮਗਰੋਂ ਜਵਾਨਾਂ ਨੇ ਵੀ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਹਮਲੇ ਚ ਇੱਕ ਜਵਾਨ ਜ਼ਖਮੀ ਹੋਇਆ। ਗੋਲੀਬਾਰੀ ਜਾਰੀ ਹੈ। ਹਾਲਾਂਕਿ ਸੁਰੱਖਿਆ ਬਲਾਂ ਨੇ ਘੇਰਾਬੰਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਬੰਧੀ ਵਿਸਥਾਰਿਤ ਰਿਪੋਰਟ ਦਾ ਇੰਤਜ਼ਾਰ ਹੈ। ਸੁਪਰੀਮ ਕੋਰਟ ਉੱਤਰ ਪ੍ਰਦੇਸ਼ ਸਰਕਾਰ ਦੇ ਉਸ ਹੁਕਮ ਖਿਲਾਫ ਪਟੀਸ਼ਨ ਤੇ ਅੱਜ ਸੁਣਵਾਈ ਕਰੇਗੀ ਜਿਸ 'ਚ ਕਿਹਾ ਗਿਆ ਕਿ ਕਾਂਵੜ ਯਾਤਰਾ ਰੂਟ ਤੇ ਰੈਸਟੋਰੈਂਟਸ ਨੂੰ ਆਪਣੇ ਮਾਲਕਾਂ ਦੇ ਨਾਂ ਦਰਸਾਉਣੇ ਹੋਣਗੇ। ਜਸਟਿਸ ਰਿਸ਼ੀਕੇਸ਼ ਰਾਏ ਤੇ ਜਸਟਿਸ SVN ਭੱਟੀ ਦੀ ਬੈਂਚ ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰ ਸਕਦੀ ਹੈ। ਮੁਜ਼ੱਫਰਨਗਰ ਪੁਲਿਸ ਵੱਲੋਂ ਕਾਂਵੜ ਯਾਤਰਾ ਰੂਟ ਤੇ ਰੈਸਟੋਰੈਂਟਸ ਨੂੰ ਆਪਣੇ ਮਾਲਕਾਂ ਦੇ ਨਾਂ ਦਰਸਾਉਣ ਲਈ ਕਹੇ ਜਾਣ ਦੇ ਕੁਝ ਦਿਨਾਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਵਿਵਾਦਪੂਰਨ ਹੁਕਮ ਨੂੰ ਪੂਰੇ ਸੂਬੇ ਲਈ ਵਧਾ ਦਿੱਤਾ। ਇਸ ਹਫ਼ਤੇ ਦੇ ਸ਼ੁਰੂ 'ਚ ਮੁਜ਼ੱਫਰਨਗਰ ਪੁਲਿਸ ਵੱਲੋਂ ਜਾਰੀ ਹੁਕਮ ਦੀ ਵਿਰੋਧੀ ਪਾਰਟੀਆਂ ਤੇ ਕੇਂਦਰ 'ਚ ਸੱਤਾਧਾਰੀ NDA ਦੇ ਕੁਝ ਮੈਂਬਰਾਂ ਨੇ ਆਲੋਚਨਾ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁਸਲਿਮ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣਾ।
ਬੰਗਾਲ ਦੀ ਖਾੜੀ ਤੇ ਬਣੇ ਦਬਾਅ ਦੀ ਸਥਿਤੀ ਕਾਰਨ ਉੜੀਸਾ ਦੇ ਕਈ ਜ਼ਿਲ੍ਹੇ ਪਿਛਲੇ 3 ਦਿਨਾਂ ਤੋਂ ਹੀ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਹੋਏ ਨੇ। ਅਧਿਕਾਰਿਤ ਬਿਆਨ 'ਚ ਕਿਹਾ ਗਿਆ ਹੈ ਕਿ ਮਲਕਾਨਗਿਰੀ ਜ਼ਿਲ੍ਹੇ 'ਚ 7300 ਤੋਂ ਜ਼ਿਆਦਾ ਲੋਕ ਇਸ ਸਮੇਂ ਦੌਰਾਨ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਹੋਏ ਨੇ। ਬੰਗਾਲ ਦੀ ਖਾੜੀ ਤੇ ਬਣੇ ਦਬਾਅ ਦੇ ਪ੍ਰਭਾਵ ਹੇਠ ਨਬਰੰਗਪੁਰ, ਕੋਰਾਪੁਟ, ਖੁਰਦਾ, ਨਿਆਗੜ੍ਹ ਤੇ ਮਲਕਾਨਗਿਰੀ ਜ਼ਿਲ੍ਹਿਆਂ 'ਚ 19 ਜੁਲਾਈ ਨੂੰ ਭਾਰੀ ਬਾਰਿਸ਼ ਹੋਈ। ਇਸੇ ਤਰ੍ਹਾਂ 20 ਜੁਲਾਈ ਨੂੰ ਵੀ ਮਲਕਾਨਗਰ, ਕੋਰਾਪੁਟ, ਰਾਏਗੜ੍ਹ ਤੇ ਹੋਰ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋਈ, ਜਦੋਂ ਕਿ 21 ਜੁਲਾਈ ਨੂੰ ਨੋਪਾੜਾ, ਸੋਨਪੁਰ, ਬੋਧ, ਬੁਲਾਂਗਿਰ ਅਤੇ ਅੰਗੂਲ ਵਿੱਚ ਭਾਰੀ ਬਾਰਿਸ਼ ਹੋਈ। ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਨੇ ਆਪਣੇ ਬਿਆਨ 'ਚ ਕਿਹਾ ਕਿ ਭਾਰੀ ਬਾਰਿਸ਼ ਕਾਰਨ ਮਲਕਾਨਗਿਰੀ ਜ਼ਿਲ੍ਹੇ 'ਚ ਕਈ ਸੜਕਾਂ ਤੇ ਪੁਲ ਪਾਣੀ 'ਚ ਡੁੱਬ ਗਏ ਨੇ। HRC ਦਫ਼ਤਰ ਨੇ ਕਿਹਾ ਕਿ ਜ਼ਿਲ੍ਹੇ ਦੀ 111 ਪੰਚਾਇਤਾਂ ਦੇ 1045 ਪਿੰਡ ਪ੍ਰਭਾਵਿਤ ਹੋਏ ਨੇ ਤੇ ਸਥਾਨਕ ਪ੍ਰਸ਼ਾਸਨ ਨੇ ਹੁਣ ਤੱਕ 90 ਇਲਾਕਿਆਂ 'ਚ 121 ਲੋਕਾਂ ਨੂੰ ਸੁਰੱਖਿਅਤ ਪਨਾਹਗਾਹਾਂ ਵਿੱਚ ਪਹੁੰਚਾ ਦਿੱਤਾ। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਹਿਨੌਤਾ 'ਚ ਜ਼ਮੀਨੀ ਵਿਵਾਦ ਵਿੱਚ ਗੁੰਡਿਆਂ ਨੇ ਧਰਨਾ ਦੇਣ ਆਈਆਂ ਔਰਤਾਂ ਤੇ ਡੰਪਰ ਵਿੱਚੋਂ ਚਿੱਕੜ ਸੁੱਟ ਦਿੱਤਾ, ਜਿਸ ਵਿੱਚ ਇੱਕ ਔਰਤ ਦੀ ਗਰਦਨ ਤੱਕ ਅਤੇ ਦੂਜੀ ਲੱਕ ਤੱਕ ਚਿੱਕੜ 'ਚ ਦੱਬ ਗਈ। ਜਾਣਕਾਰੀ ਮੁਤਾਬਿਕ ਰੀਵਾ ਜ਼ਿਲ੍ਹੇ ਦੇ ਮਾਂਗਵਾ ਥਾਣੇ ਦੇ ਗੰਗੇਵ ਥਾਣਾ ਅਧੀਨ ਪੈਂਦੇ ਹਿਨੌਤਾ ਦੇ ਵਿੱਚ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਸੇ ਦੌਰਾਨ ਰਾਜੇਸ਼ ਸਿੰਘ ਉਰਫ ਚੁਟਕਾਊ ਆਪਣੇ JCB ਤੇ ਮਿੱਟੀ ਨਾਲ ਭਰਿਆ ਟੰਪਰ ਲੈ ਕੇ ਸੜਕ ਬਣਾਉਣ ਲਈ ਵਾਦਿਤ ਜ਼ਮੀਨ ਤੇ ਪਹੁੰਚਿਆ। ਜ਼ਮੀਨ ਤੇ ਬਣ ਰਹੀ ਸੜਕ ਨੂੰ ਦੇਖ ਕੇ ਆਸ਼ਾ ਪਾਂਡੇ ਤੇ ਮਮਤਾ ਪਾਂਡੇ ਇਸ ਦਾ ਵਿਰੋਧ ਕਰਨ ਲਈ ਉੱਥੇ ਪਹੁੰਚੀਆਂ। ਔਰਤਾਂ ਨੂੰ ਦੇਖ ਕੇ ਦੂਜੇ ਧਿਰ ਦੇ ਗੋਕਰਨ ਪਾਂਡੇ, ਮਹਿੰਦਰ ਪਾਂਡੇ ਤੇ ਚੰਦਰਭਾਨ ਪਾਂਡੇ ਸਮੇਤ ਉੱਥੇ ਮੌਜੂਦ ਅੱਧੀ ਦਰਜਨ ਤੋਂ ਵੱਧ ਲੋਕਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਔਰਤਾਂ ਨੂੰ ਮਾਰਨ ਲਈ ਡੰਪਰ ਤੋਂ ਉਹਨਾਂ ਤੇ ਚਿੱਕੜ ਸੁੱਟਿਆ, ਜਿਸ ਵਿੱਚ ਇੱਕ ਔਰਤ ਉਸਦੀ ਗਰਦਨ ਤੱਕ ਤੇ ਦੂਜੀ ਉਸਦੀ ਕਮਰ ਤੱਕ ਅੰਦਰ ਦੱਬ ਗਈ। ਇਹ ਦੇਖ ਕੇ ਪਰਿਵਾਰਕ ਮੈਂਬਰ ਉੱਥੇ ਭੱਜੇ ਤੇ ਬੇਲਚੇ ਨਾਲ ਗੰਦਗੀ ਹਟਾ ਕੇ ਦੋਵਾਂ ਨੂੰ ਬਾਹਰ ਕੱਢਿਆ। ਘਟਨਾ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋਈਆਂ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ 'ਚ ਭਰਤੀ ਕਰਾਇਆ ਗਿਆ। ਔਰਤਾਂ ਦੀ ਕੁੱਟਮਾਰ ਤੇ ਮੁਰੰਮਤ 'ਚ ਦੱਬੇ ਜਾਣ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਘਟਨਾ ਸੰਬੰਧੀ ਗੰਗੇਵ ਪੁਲਿਸ ਚੌਂਕੀ ਨੇ ਡੰਪਰ ਮਾਲਕ ਸਮੇਤ ਹਮਲਾਵਰਾਂ ਦੇ ਖਿਲਾਫ਼ ਪਰਚਾ ਦਰਜ ਕਰ ਲਿਆ। ਸ੍ਰੀ ਦਰਬਾਰ ਸਾਹਿਬ ਨੇੜਲੇ ਵਿਰਾਸਤੀ ਮਾਰਗ ਤੇ ਦੋ ਨਿਹੰਗਾਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਨਿਸ਼ਾਨਾ ਬਣਾਇਆ ਗਿਆ। ਨਿਹੰਗ ਸਿੰਘਾਂ ਨੇ ਪ੍ਰਵਾਸੀ ਮਜ਼ਦੂਰ ਤੇ ਕਿਰਪਾਨ ਨਾਲ ਵਾਰ ਕੀਤਾ, ਜਿਸਦਾ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵਿੱਚ ਬਚਾਅ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇੱਕ ਨਿਹੰਗ ਨੂੰ ਕਾਬੂ ਕੀਤਾ ਗਿਆ, ਦੂਸਰਾ ਨਿਹੰਗ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਗ੍ਰਿਫ਼ਤਾਰ ਕੀਤੇ ਨਿਹੰਗ ਦੀ ਉਮਰ 13 ਤੋਂ 14 ਸਾਲ ਦੱਸੀ ਜਾਂਦੀ ਹੈ। ਪ੍ਰਵਾਸੀ ਮਜ਼ਦੂਰ ਦੇ ਪੱਟ ਦੀ ਹੱਡੀ ਟੁੱਟੀ ਹੈ, ਜਿਸ ਨੂੰ ਪੁਲਿਸ ਅਧਿਕਾਰੀ ਵੱਲੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ। ਪੁਲਿਸ ਅਨੁਸਾਰ ਨੌਜਵਾਨ ਨਿਹੰਗ ਵੱਲੋਂ ਤੰਬਾਕੂ ਦਾ ਸੇਵਨ ਕਰਦਿਆਂ ਦੇਖ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਤੇ ਉਸ ਤੇ ਹਮਲਾ ਕੀਤਾ ਗਿਆ। ਹਾਲਾਂਕਿ ਸੜਕਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਨ ਵਾਲੇ ਪਟਨਾ ਨਾਲ ਸੰਬੰਧਿਤ ਮਜ਼ਦੂਰ ਨੇ ਤੰਬਾਕੂ ਦੇ ਸੇਵਨ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਖਾਇਆ ਨਹੀਂ ਥਾ ਤੇ ਇੱਕ ਬੈਗ ਅਗੇ ਛੋਟੀ ਸੇ ਮਾਰਾ ਉਨ ਫਿਰ ਕੰਪਾਨੀ ਕਾਲ ਕੇ ਵਸੀਆਂ ਹਮਲਾ ਫਿਰ ਪੁਲਿਸ ਵਾਲਾ ਮੌਜੂਦ ਹੋ ਗਿਆ ਹੂੰ ਆਪਣੇ ਇੱਕ ਭਾਗ ਗਿਆ। ਅਬ ਆਪ ਕੀ ਕਾਰਵਾਈ ਕਰਵਾਉਣਾ ਚਾਹਤੇ ਹੋ ਉਨਕੇ ਉੱਪਰ? ਕਰਵਾਈ ਤਾਂ ਮੇਰਾ ਹੱਥ ਠੀਕ ਹੋ ਜਾਤਾ, ਨਹੀਂ ਠੀਕ ਹੋਗਾ ਤਾਂ ਫਿਰ ਲੋਕ ਜਾਂ ਅੰਦਰ ਦੇ ਦੋ ਔਰ ਕਿਆ ਕਰਨਾ, ਜੋ ਗਰੀਬ ਕੈਸੇ ਕੱਲ ਕਿਸੀ ਕੋ ਔਰ ਮਾਰੇਂਗੇ, ਕੱਲ ਕਿਸੀ ਕੋ ਔਰ ਮਾਰੇਂਗੇ। ਪੁਲਿਸ ਕੀ ਤਰਫ ਸੇ ਕਿਸੀ ਕੋ ਗ੍ਰਿਫਤਾਰ ਕੀਆ ਗਿਆ ਮੌਕੇ ਪਰ? ਪੁਲਿਸ ਕਾ ਪੁਲਿਸ ਵਾਂ ਮੌਜੂਦ ਹੋਏ ਸੇ ਬਾਅਦ ਮੇਂ ਜਿਸਨੇ ਆਪਕੋ ਕਿਰਪਾਨ ਮਾਰੀ ਉਸਕੋ ਪਕੜਾ ਗਿਆ? ਹਾਂ ਇਹ ਪਕੜਾ ਗਿਆ ਇੱਕ ਭਾਗ ਗਿਆ।
ਕਿਸਾਨਾਂ ਤੇ ਆਮ ਲੋਕਾਂ ਵੱਲੋਂ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਬਿਜਲੀ ਘਰ ਦੇ ਬਾਹਰ ਉਸ ਵੇਲੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਦੋਂ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਦੇ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਤਲਵੰਡੀ ਚੌਧਰੀਆਂ ਸੁਲਤਾਨਪੁਰ ਲੋਧੀ ਦੀ ਰੋਡ ਨੂੰ ਇੱਕ ਤਰਫੋਂ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਬਿਜਲੀ ਵਿਭਾਗ ਅਜਿਹੇ ਅੜੀਅਲ ਤੇ ਰੁੱਖੇ ਰਵੱਈਏ ਤੋਂ ਬੇਹੱਦ ਹੀ ਪ੍ਰੇਸ਼ਾਨ ਨੇ। ਉਹਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦਾ ਰਵੱਈਆ ਆਮ ਲੋਕਾਂ ਤੇ ਕਿਸਾਨਾਂ ਦੇ ਖਿਲਾਫ਼ ਰਿਹਾ ਤਾਂ ਉਹ ਜਲਦ ਹੀ ਵੱਡੇ ਸੰਘਰਸ਼ ਨੂੰ ਅੰਜਾਮ ਦੇਣਗੇ, ਜਿਸ ਦੀ ਜ਼ਿੰਮੇਵਾਰ ਸਿਰਫ਼ ਸਰਕਾਰ ਹੋਵੇਗੀ। ਮੀਡੀਆ ਦੇ ਵਿੱਚ ਵੀ ਦਿੱਤਾ ਸੀ ਕਿ ਸਾਨੂੰ ਜਿਹੜੀ ਲਾਈਟ ਆ ਉਹ ਪੂਰੀ ਪ੍ਰੋਪਰ ਦਿੱਤੀ ਜਾਵੇ। ਦੂਸਰਾ, ਅਸੀਂ SC ਕਪੂਰਥਲਾ ਨੂੰ 17 ਤਰੀਕ ਨੂੰ ਮਿਲ ਕੇ ਅਤੇ ਉਹਦੇ 'ਤੇ ਮੰਗ ਪੱਤਰ ਦਿੱਤਾ ਵਾ, ਪਰ ਅਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ। ਇਸੇ ਤਰ੍ਹਾਂ ਕੱਲ੍ਹ ਵੀ ਜਿਹੜੀ ਸਾਨੂੰ ਲਾਈਟ ਆ ਉਹ 2-2, 3-3 ਘੰਟੇ ਦਿੱਤੀ ਜਾਂਦੀ ਆ। ਅੱਜ ਵੀ ਸਵੇਰੇ ਜਦੋਂ 4 ਵਜੇ ਲਾਈਟ ਚੱਲੀ ਆ ਅਤੇ 6 ਵਜੇ ਜਿਹੜੀ ਉਹ ਲਾਈਟ ਕੱਟ ਲਈ ਆ। ਉਹਦੇ ਸੰਬੰਧ ਦੇ ਵਿੱਚ ਏਰੀਏ ਦੇ ਜਿੰਨੇ ਵੀ ਕਿਸਾਨ ਅਤੇ ਮਜ਼ਦੂਰ ਆ, ਇੱਥੇ ਅਸੀਂ ਅੱਜ ਜਿਹੜਾ ਮੰਗ ਪੱਤਰ ਤਾਂ 17 ਨੂੰ ਦਿੱਤਾ ਸੀਗਾ, ਉਹਦੇ ਤਹਿਤ ਸਵੇਰੇ ਵੀ ਮੀਡੀਆ ਦੇ ਵਿੱਚ ਦੇ ਕੇ 8 ਵਜੇ ਇੱਥੇ ਆਏ ਹਾਂ, ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਦੂਸਰੇ ਬੰਨੇ ਜਦੋਂ ਪਾਵਰ ਕੱਟ ਆਉਂਦਾ ਵਾ, ਕਹਿੰਦੇ ਵੀ ਪਾਵਰ ਕੱਟ ਆ ਗਿਆ ਅਤੇ ਮੁੜ ਕੇ ਇੱਧਰੋਂ ਕੱਟ ਕੇ ਦੂਜੇ ਬੰਨੇ ਲਾਈਟ ਛੱਡ ਦਿਓ, ਕੀ ਉਹ ਲਾਈਟ ਨਵੀਂ ਆਉਂਦੀ ਆ? ਪਹਿਲਾਂ ਜਿੱਥੇ ਦੇਣੀ ਆ 8 ਘੰਟੇ ਲਾਈਟ ਤਾਂ ਦਿਓ, ਫਿਰ ਦੂਜੇ ਬੰਨੇ ਲਾਈਟ ਛੱਡੋ। ਇਸ ਕਰਕੇ ਭਗਵੰਤ ਮਾਨ ਬਿਲਕੁਲ ਇਹਦੇ ਵਿੱਚ ਲਾਈਟ ਦੇਣ 'ਚ ਫੇਲ ਹੋਏ ਆ, ਔਰ ਪ੍ਰਸ਼ਾਸਨ ਐਡਾ ਨਲਾਇਕ ਵੀ ਆਹ ਕਿਸਾਨ ਅਤੇ ਮਜ਼ਦੂਰ ਇੱਥੇ ਬੈਠੇ ਆ, ਇਹਨਾਂ ਦੀ ਸਾਰ ਲੈਣ ਲਈ ਨਾ SDO ਸਾਹਿਬ ਪਹੁੰਚੇ ਆ ਅਤੇ ਨਾ SC ਸਾਹਿਬ ਇੱਥੇ ਪਹੁੰਚੇ ਆ ਵੀ ਭਾਈ ਆਣ ਕੇ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਵੀ ਅਸੀਂ ਅੱਗੇ ਤੋਂ ਜਿਹੜੀ ਲਾਈਟ ਪ੍ਰੋਪਰ ਦੇਵਾਂਗੇ। ਭਾਰਤ ਵਿੱਚ ਸਾਉਣ ਦਾ ਮਹੀਨਾ ਬਹੁਤ ਮਹੱਤਵ ਰੱਖਦਾ ਹੈ। ਇਸ ਮਹੀਨੇ ਦੌਰਾਨ ਹੋਣ ਵਾਲੀ ਬਰਸਾਤ ਹਰ ਪਾਸੇ ਹਰਿਆਵਲ ਤੇ ਖੁਸ਼ੀਆਂ ਲੈ ਕੇ ਆਉਂਦੀ ਹੈ, ਪਰ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਨਾ ਤੀਰਥ ਵਿੱਚ ਸਥਿਤ ਸ੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਇਸ ਮਹੀਨੇ ਦਾ ਕੁਝ ਖਾਸ ਮਹੱਤਵ ਹੈ। ਇਸ ਮਹੀਨੇ ਦੌਰਾਨ ਨਵਵਿਆਹੁਤਾ ਜੋੜਾ ਸੋਨੇ ਦੀ ਬਜਾਏ ਫੁੱਲਾਂ ਦਾ ਵਿਸ਼ੇਸ਼ ਹਾਰ ਸ਼ਿੰਗਾਰ ਪਹਿਨ ਕੇ ਪਹੁੰਚਦਾ ਹੈ। ਇੱਥੇ ਮੱਥਾ ਟੇਕਣ ਲਈ ਨਵਵਿਆਹੁਤਾ ਮੰਦਰ ਵੀ ਸੋਨੇ ਦੇ ਗਹਿਣਿਆਂ ਦੀ ਬਜਾਏ ਮੋਤੀ ਅਤੇ ਹੋਰ ਫੁੱਲਾਂ ਦੇ ਹਾਰ ਪਹਿਨਦੇ ਨੇ ਅਤੇ ਆਪਣੇ ਪਰਿਵਾਰ ਦੀ ਭਲਾਈ ਅਤੇ ਪੁੱਤਰ ਦੀ ਪ੍ਰਾਪਤੀ ਦੇ ਲਈ ਭਗਵਾਨ ਲਕਸ਼ਮੀ ਨਾਰਾਇਣ ਜੀ ਅੱਗੇ ਪ੍ਰਾਰਥਨਾ ਕਰਦੇ ਨੇ। ਹਾਂਜੀ, ਮੇਰਾ ਨਾਮ ਸਿਮਰਨ ਹੈ। ਅਸੀਂ ਅੱਜ ਸਾਵਣ ਦੇ ਪਹਿਲੇ ਐਤਵਾਰ ਠਾਕੁਰ ਜੀ ਨੂੰ ਮੱਥਾ ਟੇਕਣ ਆਏ ਹਾਂ, ਆਸ਼ੀਰਵਾਦ ਲੈਣ ਆਏ ਹਾਂ ਦੁਰਗਿਆਨਾ ਮੰਦਰ। ਬਹੁਤ ਵਧੀਆ ਲੱਗ ਰਿਹਾ, ਬਹੁਤ ਸੋਹਣਾ ਤਿਆਰ ਕੀਤਾ ਉਹਨਾਂ ਨੇ। ਫਸਟ ਟਾਈਮ ਆਈ ਹਾਂ, ਦੇਖੋ ਹੁਣ ਨੈਕਸਟ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਹੈ। ਸੇਵਕ ਜਥਾ ਇਸ਼ਨਾਨ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਪੂਰਨਮਾਸ਼ੀ ਦੇ ਮੌਕੇ ਤੇ ਕੀਰਤਨ ਸਮਾਗਮ ਦਾ ਆਯੋਜਨ ਪ੍ਰਧਾਨ ਤਰਲੋਚਨ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਭਾਈ ਇਕਵਿੰਦਰ ਸਿੰਘ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਰਹੀਆਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਅੱਜ ਪੂਰਨਮਾਸ਼ੀ ਦਾ ਦਿਹਾੜਾ ਜੋ ਕਿ ਹਰ ਮਹੀਨੇ ਮਨਾਇਆ ਜਾਂਦਾ ਹੈ ਤੇ ਅੱਜ ਮਠਿਆਈਆਂ ਤੇ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ।
ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।